ਰੱਖੜੀਆਂ ਤੋਂ ਪਹਿਲਾਂ ਇੱਕ ਭੈਣ ਦਾ ਭਰਾ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਚਲਾ ਗਿਆ। ਕੈਨੇਡਾ ਦੇ ਵਿੱਚ ਸੰਦੀਪ ਸਿੰਘ ਦੀ ਮੌਤ ਹੋਈ ਤੇ ਅੱਜ ਉਸਦੀ ਲਾਸ਼ ਨੂੰ ਜੱਦੀ ਪਿੰਡ ਦੇ ਵਿੱਚ ਲਿਆਂਦਾ ਗਿਆ। ਧਾਹਾਂ ਮਾਰ ਮਾਰ ਕੇ ਸਾਰਾ ਪਰਿਵਾਰ ਰੋ ਰਿਹਾ, ਭੈਣ ਦੇ ਹੰਝੂ ਦੇਖੇ ਨਹੀਂ ਜਾ ਰਹੇ। ਤਾਂ ਅੱਜ ਨਮ ਅੱਖਾਂ ਦੇ ਨਾਲ ਸੰਦੀਪ ਸਿੰਘ ਦਾ ਸੰਸਕਾਰ ਕੀਤਾ ਗਿਆ। ਕੈਨੇਡਾ ਸਟੱਡੀ ਵੀਜ਼ੇ ਤੇ ਗਿਆ ਹੋਇਆ ਸੀ, ਰੋਟੀ ਖਾਣ ਸਮੇਂ ਬੁਰਕੀ ਗਲ ਦੇ ਵਿੱਚ ਅਟਕ ਗਈ ਔਰ ਉਸਦੀ ਇਸ ਵਜ੍ਹਾ ਦੇ ਕਰਕੇ ਮੌਤ ਹੋ ਗਈ। 25 ਜੁਲਾਈ ਨੂੰ ਸਰੀ ਦੇ ਵਿੱਚ ਇਸਦੀ ਮੌਤ ਹੋਈ ਸੀ। ਤਾਂ ਅੱਜ ਸੰਦੀਪ ਸਿੰਘ ਦੀ ਲਾਸ਼ ਨੂੰ ਰਾਏਕੋਟ ਲਿਆਂਦਾ ਗਿਆ, ਜਿੱਥੇ ਉਸਦਾ ਸੰਸਕਾਰ ਕੀਤਾ ਗਿਆ। ਜਿਸ ਭੈਣ ਨੇ ਆਪਣੇ ਵੀਰ ਦੇ ਗੁੱਟ ਤੇ ਚਾਵਾਂ ਦੇ ਨਾਲ ਰੱਖੜੀ ਬੰਨਣੀ ਸੀ, ਉਹ ਭਰਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਰੱਖੜੀ ਦਾ ਤਿਉਹਾਰ ਇੱਕ ਭੈਣ ਦੇ ਲਈ ਕਾਲ ਬਣ ਕੇ ਆਇਆ। 20 ਦਿਨਾਂ ਬਾਅਦ ਸੰਦੀਪ ਸਿੰਘ ਦੀ ਲਾਸ਼ ਨੂੰ ਰਾਏਕੋਟ ਲਿਆਂਦਾ ਗਿਆ, ਜਿੱਥੇ ਉਸਦਾ ਨਮ ਅੱਖਾਂ ਦੇ ਨਾਲ ਸੰਸਕਾਰ ਕੀਤਾ ਗਿਆ। ਇਸ ਮੌਕੇ 21 ਸਾਲਾਂ ਨੌਜਵਾਨ ਦੇ ਅੰਤਿਮ ਸੰਸਕਾਰ ਮੌਕੇ ਮਾਂ, ਪਿਤਾ, ਭਰਾ, ਭੈਣ ਅਤੇ ਹੋਰ ਰਿਸ਼ਤੇਦਾਰਾਂ ਨੇ ਵਿਰਲਾਪ ਕਰਦੇ ਹੋਏ ਆਪਣੇ ਲਾਡਲੇ ਪੁੱਤ ਨੂੰ ਅੰਤਿਮ ਵਿਦਾਇਗੀ ਦਿੱਤੀ। ਰਹਿਣਦਤ ਕੌਸ਼ਿਕ, ਕੀ ਗੱਲਬਾਤ ਹੋਈ ਹੈ? ਅੱਜ ਹੀ ਸਾਡੇ ਇੱਕ ਰਾਏਕੋਟ ਦੇ ਬਹੁਤ ਮਿਹਨਤੀ ਅਤੇ ਸਮਾਜ ਸੇਵੀ ਪਰਿਵਾਰ ਰਜਿੰਦਰ ਸਿੰਘ ਕਾਕਾ ਜੀ, ਉਹਨਾਂ ਦਾ ਭਤੀਜਾ ਸੀ ਸੰਦੀਪ ਸਿੰਘ, ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ। ਉੱਥੇ ਉਹਨਾਂ ਦੇ ਗਲੇ ਦੇ ਵਿੱਚ ਬੁਰਕੀ ਫਸਣ ਕਰਕੇ ਉੱਥੇ ਉਹਨਾਂ ਦੀ ਮੌਤ ਹੋ ਗਈ 25-26 ਜੁਲਾਈ ਨੂੰ ਕੈਨੇਡਾ ਦੇ ਵਿੱਚ, ਔਰ ਅੱਜ ਉਹਨਾਂ ਦੀ ਡੈੱਡ ਬੋਡੀ ਇੱਥੇ ਆਈ ਹੈ, ਜੋ ਕਿ ਬਹੁਤ ਇੱਕ ਮੰਦਭਾਗੀ ਘਟਨਾ ਸਾਡੇ ਸ਼ਹਿਰ ਲਈ, ਔਰ ਜਿਹੜਾ ਇਹ ਪਰਿਵਾਰ ਆ ਬਹੁਤ ਹੀ ਲੋਕਾਂ ਨਾਲ ਮਿਲਣਯੋਗ ਆ, ਔਰ ਸਮਾਜ ਸੇਵੀ ਪਰਿਵਾਰ ਆ। ਸਾਡੇ ਰਜਿੰਦਰ ਸਿੰਘ ਕਾਕਾ ਜੀ ਨੇ ਸਾਰਾ ਜਿਹੜਾ ਸ਼ਮਸ਼ਾਨ ਘਾਟ ਆ ਇਹ ਵੀ ਆਪਦੇ ਹੱਥੀਂ ਆਪ ਤਿਆਰ ਕਰਾਇਆ, ਔਰ ਇਹ ਨਹੀਂ ਪਤਾ ਸੀ ਕਿ ਅੱਜ ਆਪਦੇ ਬੱਚੇ ਨੂੰ ਇੱਥੇ ਲੈ ਕੇ ਆਉਣਾ ਪਊਗਾ। ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ, ਔਰ ਸਾਡੇ ਸ਼ਹਿਰ ਰਾਏਕੋਟ ਸ਼ਹਿਰ ਨੂੰ ਪੂਰਾ ਸਦਮੇ 'ਚ।